ਸਵਾਗਤ ਹੈ ਆਪ ਸਭ ਦਾ ਇਸ ਸੈਗਮੈਂਟ ਦੇ ਵਿੱਚ ਇਸ ਸੈਗਮੈਂਟ ਵਿੱਚ ਅੱਜ ਗੱਲਬਾਤ ਕਰਾਂਗੇ ਮਕਬੂਲ ਸ਼ਾਰਾ ਮਨਜੀਤ ਇੰਦਰਾ ਦੇ ਨਾਲ ਜੋ ਅੱਜ ਹੀ ਐਡਮਿੰਟਨ ਪਹੁੰਚੇ ਨੇ ਅਗਲੇ ਦੋ ਦਿਨ ਤੱਕ ਉਹ ਐਡਮਿੰਟਨ 'ਚ ਹੀ ਨੇ ਜਿੱਥੋਂ ਤੱਕ ਮਨਜੀਤ ਇੰਦਰਾ ਬਾਰੇ ਜਾਣ ਪਛਾਣ ਦਾ ਸੰਬੰਧ ਹੈ ਇਹ ਪੰਜਾਬ ਰਤਨ ਅਵਾਰਡ ਸਟੇਟ ਅਵਾਰਡ ਇਸ ਤੋਂ ਇਲਾਵਾ ਬਹੁਤ ਉੱਚ ਪੱਧਰੀ ਅਵਾਰਡ ਹਾਸਲ ਕਰ ਚੁੱਕੇ ਨੇ 12 ਤੋਂ ਵੱਧ ਕਿਤਾਬਾਂ ਇਹ ਪਾਠਕਾਂ ਦੀ ਝੋਲੀ 'ਚ ਪਾ ਚੁੱਕੇ ਨੇ ਸੋ ਆਪ ਨਾਲ ਸਾਡੇ ਸਟੂਡੀਓ 'ਚ ਬਿਰਾਜਮਾਨ ਨੇ ਮਨਜੀਤ ਇੰਦਰਾ ਜੀ ਸਵਾਗਤ ਹੈ ਮਨਜੀਤ ਇੰਦਰਾ ਜੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਇੰਦਰਾ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਸਾਹਿਤਕ ਸਫ਼ਰ ਬਾਰੇ ਦੱਸੋ ਇੱਧਰਲੇ ਪਾਸੇ ਲਗਾਵ ਕਿਵੇਂ ਜੁੜਿਆ ਸ਼ਾਇਰੀ ਵਾਲੇ ਪਾਸੇ ਇਹ ਲਗਾਓ ਜੁੜਿਆ ਮੈਂ ਹਰ ਵਾਰੀ ਦੱਸਦੀ ਹਾਂ ਕਿ ਮੈਂ ਇੱਕ ਬਹੁਤ ਪੜ੍ਹੇ ਲਿਖੇ ਪਰਿਵਾਰ ਨੂੰ ਸੰਬੰਧਿਤ ਹੈਗੀ ਹਾਂ ਨਾਨਕਿਆਂ ਵੱਲੋਂ ਵੀ ਦਾਦਕਿਆਂ ਵੱਲੋਂ ਵੀ ਨਾਨਕਾ ਪਰਿਵਾਰ ਸਾਰਾ SDO ਸੀਗੇ ਕੋਈ ਮਾਮਾ ਜੀ ਸਟੇਸ਼ਨ ਮਾਸਟਰ ਹੈ ਕੋਈ ਪ੍ਰੋਫੈਸਰ ਹੈ ਮਾਂ ਮੇਰੀ ਉਸ ਵੇਲੇ ਦੀ ਮਤਲਬ ਹੋਸਟਲ 'ਚ ਰਹਿ ਕੇ ਪੜ੍ਹੀ ਹੋਈ DAV ਕਾਲਜਿਸ ਦੇ ਅਤੇ ਵਿਸ਼ਾਰਦ ਦੀ ਵੋਕਲ ਮਿਊਜ਼ਿਕ ਸੀਗੀ ਅਤੇ ਜਿਹਨੂੰ ਬਾਅਦ 'ਚ MA ਮਿਊਜ਼ਿਕ ਦਾ ਦਿੱਤਾ ਗਿਆ ਅਤੇ ਇੱਧਰੋਂ ਨਾਨ ਦਾਦਾ ਦਾਦਕਾ ਪਰਿਵਾਰ ਸਾਰਾ ਇਰੀਗੇਸ਼ਨ 'ਚ ਸੀ ਅਤੇ ਪਿਤਾ ਮੇਰਿਆਂ ਦੇ ਹਿੱਸੇ ਆਇਆ ਸੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਮੈਂ ਆਪਣੇ ਪਿਤਾ ਦੀ ਬਹੁਤ ਲਾਡਲੀ ਧੀ ਰਹੀ ਹਾਂ ਅਤੇ ਪਿਤਾ ਦੇ ਕੋਲ ਹੀ ਪੜ੍ਹੀ ਹਾਂ ਪਹਿਲੀ ਤੋਂ 10ਵੀਂ ਜਮਾਤ ਤੱਕ ਪੰਜਾਬ ਪੁਰਾਣਾ ਕਿੱਡਾ ਵੱਡਾ ਸੀਗਾ ਉੱਥੇ ਅਤੇ ਮੇਰਾ ਜਨਮ ਹੋਇਆ ਬਜਵਾੜਾ ਹੁਸ਼ਿਆਰਪੁਰ ਦੇ ਕੋਲ ਪਿੰਡ ਹੈਗਾ ਜਿਹੜਾ ਬੈਜੂ ਬਾਬਰੇ ਦਾ ਪਿੰਡ ਹੈ ਔਰ ਸ਼ੇਰ ਸ਼ਾਹ ਸੂਰੀ ਦੇ ਨਾਨਕੇ ਨੇ ਔਰ ਮਾਤਾ ਸੁੰਦਰੀ ਦੇ ਵੀ ਪਿੰਡ ਹੈ ਅਤੇ ਇਹ ਉਸ ਪਿੰਡ ਵਿੱਚ ਮੇਰਾ ਜਨਮ ਹੋਇਆ ਹੁਣ ਤੱਕ ਕਿੰਨੀਆਂ ਕੁ ਪੁਸਤਕਾਂ ਅਤੇ ਕਿਹੜੇ ਕਿਹੜੀਆਂ ਪਾਠਕਾਂ ਦੀ ਝੋਲੀ ਪਾ ਚੁੱਕੀ ਹੋ ਮੇਰਾ ਜਿਹੜਾ ਸਫ਼ਰ ਹੈ ਮੇਰੇ ਮੇਰੇ ਸਫ਼ਰ ਦੇ ਵਿੱਚ ਮੇਰੇ ਟੀਚਰਸ ਦਾ ਬਹੁਤ ਹੱਥ ਹੈ ਮੈਂ 6ਵੀਂ 'ਚ ਪੜ੍ਹਦੀ ਮੈਗਜ਼ੀਨ 'ਚ ਛਪ ਗਈ ਸੀ ਅਤੇ ਉਦੋਂ ਬਾਅਦ ਮੈਂ ਪਿੱਛੇ ਨਹੀਂ ਦੇਖਿਆ ਮੁੜ ਕੇ ਉਦੋਂ ਬਾਅਦ ਫਿਰ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਮੇਰੀ ਬੇਬਾਕੀ ਸੀਗੀ ਕਿ ਮੈਂ ਡਾਕਟਰ MS ਰੰਧਾਵਾ ਨੂੰ ਚਿੱਠੀ ਲਿਖ ਰਹੀ ਹਾਂ ਕਿ ਡਾਕਟਰ ਸਾਹਿਬ ਮੈਂ ਕਵਿਤਾ ਲਿਖਦੀ ਹਾਂ ਮੁੱਖ ਬੰਦ ਲਿਖੋ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਨਹੀਂ ਪ੍ਰੋਫੈਸਰ ਮੋਹਨ ਸਿੰਘ ਐਗਰੀਕਲਚਰ ਯੂਨੀਵਰਸਿਟੀ 'ਚ ਨੇ ਉਹਨਾਂ ਨੂੰ ਮਿਲੋ ਸੋ ਮੇਰੇ ਗੁਰੂ ਸੀਗੇ ਅਤੇ ਉਹਨਾਂ ਨੇ ਮੇਰੀ ਪਹਿਲੀ ਕਿਤਾਬ 1974 'ਚ ਜਦੋਂ ਮੈਂ BA 2 'ਚ ਸੀ ਅਤੇ ਉਦੋਂ ਮੇਰੀ ਕਿਤਾਬ ਜਿਹੜੀ ਛਪੀ ਔਰ ਨਾਨਕ ਸਿੰਘ ਨਾਵਲਿਸਟ ਦੇ ਮੁੰਡੇ ਨੇ ਕਿਤਾਬ ਛਾਪੀ ਉਹ ਕਿਤਾਬ ਦਾ ਮੁੱਖ ਬੰਦ ਵੀ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਉਹ ਕਿਤਾਬ ਦੀ ਐਡੀਟਿੰਗ ਵੀ ਪ੍ਰੋਫੈਸਰ ਮੋਹਨ ਸਿੰਘ ਨੇ ਕੀਤੀ ਅਤੇ ਮੇਰੀ ਐਂਟਰੀ ਹੋ ਗਈ ਸੀ ਉਹ ਕਲਪਿਤ ਮਹਿਬੂਬ 'ਤੇ ਕਵਿਤਾਵਾਂ ਨੇ ਸਾਰੀਆਂ ਉਸ ਤੋਂ ਬਾਅਦ ਚੱਲ ਸੋ ਚੱਲ ਹਾਂਜੀ ਫਿਰ 1985 'ਚ ਕਿਤਾਬ ਆਈ ਸੋ ਫਿਰ ਚੱਲ ਸੋ ਹਾਲਾਤ ਬਦਲਦੇ ਰਹੇ 84 ਵਿੱਚ ਜੋ ਹੋਇਆ ਤੁਹਾਨੂੰ ਪਤਾ ਉਹਦੇ 'ਤੇ ਕਿਤਾਬ ਆਈ ਮੈਂ ਕੋਸ਼ਿਸ਼ ਕਰਦੀ ਰਹੀ ਵੀ ਮੈਂ ਇਸ 'ਤੇ ਕਰਾਂ ਕਿ ਵਿਮੈਨ ਦੀ ਕੌਨਸ਼ੀਅਸਨੈਸ 'ਤੇ ਪਰਤ ਦਰ ਪਰਤ ਪਈ ਔਰਤ ਦੀ ਮੈਂ ਕਹਾਣੀ ਕਹਾਂ ਪਰ ਹਾਲਾਤ ਇੱਦਾਂ ਦੇ ਸੀ 84 ਵਿੱਚ ਮੈਂ ਕੀ ਕਰ ਸਕਦੀ ਸੀ 84 ਦੇ ਦੰਗੇ ਹੋਏ ਫਿਰ ਹੁਣ ਜੋ ਕੁਛ ਅਸੀਂ ਭੋਗ ਰਹੇ ਹਾਂ ਮੇਰੀਆਂ ਜਿਹੜੀਆਂ ਲੇਟੈਸਟ ਕਿਤਾਬਾਂ ਨੇ ਤਾਂਡਵ ਆਈ ਹੈ 18 ਵਿੱਚ 12 ਵਿੱਚ ਰੋਹ ਵਿਦਰੋਹ ਆਈ ਸੀ ਸੋ ਚੰਦਰੇ ਹਨੇਰੇ ਰੋਹ ਵਿਦਰੋਹ ਤਾਂਡਵ ਉਸੇ ਸੀਰੀ ਦਾ ਇੱਕ ਹਿੱਸਾ ਹੈ ਤੋ ਪ੍ਰੋਫੈਸਰ ਮੋਹਨ ਸਿੰਘ ਅਤੇ ਅਮਰਤਾ ਦੀ ਮੈਮਰੀ ਦੇ ਵਿੱਚ ਕਿਤਾਬ ਹੈ ਤਾਰਿਆਂ ਦਾ ਛੱਜ ਹੈ ਜਿਹਦੇ ਕਰਕੇ ਮੈਨੂੰ ਜਾਣਿਆ ਜਾਂਦਾ ਹੈ ਸੋ ਐਕਸਟਰਾ ਮੈਰਿਟਲ ਰਿਲੇਸ਼ਨਸ ਤੇ ਮੇਰੀਆਂ ਕਿਤਾਬਾਂ ਨੇ ਤੂੰ ਆਵਾਜ਼ ਮਾਰੀ ਹਾਲ ਮਾਨ ਸਨਮਾਨ ਦੇ ਸਿਲਸਿਲੇ ਦੀ ਗੱਲ ਕਰੀਏ ਹੁਣ ਤੱਕ ਕਿਹੜੇ ਕਿਹੜੇ ਅਵਾਰਡ ਮਿਲ ਚੁੱਕੇ ਦੇਖੋ ਅਵਾਰਡ ਮਿਲਣੇ ਜਿਹੜੇ ਤਾਂ ਅਵਾਰਡ ਕਹੀਏ ਵੱਡੇ ਵੱਡੇ ਉਹ ਤਾਂ ਮੇਰਾ ਖਿਆਲ ਹੈ ਵੀ ਹਰ ਜਾ ਹਰੀ ਸਾਰੀ ਦਾ ਉਹ ਤਾਂ ਤੂੰ ਮੇਰਾ ਹਾਜੀ ਬਗੋ ਮੈਂ ਤੇਰਾ ਹਾਜੀ ਬਗੋ ਫਿਰ ਵੀ ਪਤਾ ਨਹੀਂ ਕਿਵੇਂ ਮੈਨੂੰ ਇਨਾਮ ਉਹਨੂੰ ਮਿਲ ਗਏ ਨੇ ਤੋ UT ਐਡਮਿਨਿਸਟ੍ਰੇਸ਼ਨ ਨੇ ਮੈਨੂੰ ਸਟੇਟ ਅਵਾਰਡ ਦਿੱਤਾ ਔਰ ਫਿਰ ਮੈਨੂੰ ਪੰਜਾਬ ਆਰਟਸ ਕੌਂਸਲ ਨੇ ਮੈਨੂੰ ਬਿਹਤਰੀਨ ਪੰਜਾਬੀ ਕਵਿਤਰੀ ਦਾ ਅਵਾਰਡ ਦਿੱਤਾ ਔਰ ਪੰਜਾਬ ਰਤਨ ਦਿੱਤਾ ਹੋਰ ਬੜੇ ਮਿਲਦੇ ਰਹੇ ਪਰ ਜਿਹੜਾ ਅਵਾਰਡ ਹੈਗਾ ਮੈਨੂੰ ਮੇਰੀ ਪੰਜਾਬ ਸਟੇਟ ਦੇਵੇ ਉਹ ਨਹੀਂ ਮਿਲਿਆ ਤੇ ਤੁਹਾਡੀਆਂ ਬਹੁਤ ਸਾਰੀਆਂ ਪੋਇਮਸ ਦੂਜੀਆਂ ਭਾਸ਼ਾਵਾਂ 'ਚ ਵੀ ਟ੍ਰਾਂਸਲੇਟ ਹਾਂਜੀ ਹਾਂਜੀ ਅੰਗਰੇਜ਼ੀ 'ਚ ਪਿਛਲੇ ਸਾਲ ਹੀ ਕਿਤਾਬ ਆਈ ਔਰ ਟੂ ਲਾਈਟ ਜ਼ੋਨ ਹਿਮਾਚਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਪ੍ਰੋਫੈਸਰ ਪ੍ਰਦੀਪ ਜੋਸ਼ੀ ਉਹਨਾਂ ਨੇ ਮੇਰੀ ਟੋਟਲ ਪੋਇਟਰੀ ਸਿਲੈਕਟਡ ਟ੍ਰਾਂਸਲੇਟ ਕੀਤੀ ਹੈ ਤਾਰਿਆਂ ਦਾ ਛੱਜ ਰਤਨ ਸਿੰਘ ਉਰਦੂ ਦੇ ਬਹੁਤ ਵੱਡੇ ਅਫਸਾਨਾ ਨਿਗਾਰ ਨੇ ਉਹਨਾਂ ਨੇ ਟ੍ਰਾਂਸਲੇਟ ਕੀਤੀ ਹੈ ਉਜ਼ਬੇਕ ਲੈਂਗੁਏਜ ਵਿੱਚ ਹੈਗੀ ਹੈ ਮਲਿਆਲਮ 'ਚ ਹੈ ਤਾਮਿਲ 'ਚ ਹੈ ਚੱਲੀ ਜਾਂਦਾ ਸਰ ਮੈਂ ਖੁਦ ਟ੍ਰਾਂਸਲੇਟ ਕਰਦੀ ਹਾਂ 26-27 ਕਿਤਾਬਾਂ ਮੈਂ ਬਾਹਰਲੀਆਂ ਭਾਸ਼ਾਵਾਂ ਦੀਆਂ ਆਪਣੇ ਨੈਸ਼ਨਲ ਬੁੱਕ ਟਰੱਸਟ ਸਾਹਿਤ ਅਕੈਡਮੀ ਲਈ ਟ੍ਰਾਂਸਲੇਟ ਕੀਤੀਆਂ ਨੇ ਜੀ ਤੁਸੀਂ ਕੈਨੇਡਾ ਆਏ ਹੋ ਵੱਖ ਵੱਖ ਸ਼ਹਿਰਾਂ ਦਾ ਦੌਰਾ ਕੀਤਾ ਟੋਰੋਂਟੋ ਵੀ ਗਏ ਹੋ ਸਰੀ ਵੀ ਅਤੇ ਹੁਣ ਇੱਥੇ ਵੀ ਤੁਹਾਡੀ ਗੱਲ ਨੂੰ ਉਭਰੂ ਹੋ ਰਹੀ ਹੈ ਹਾਂਜੀ ਇੱਥੇ ਅਗਰ ਪੰਜਾਬੀ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਇਸ ਨੂੰ ਕਿਵੇਂ ਵੇਖ ਰਹੇ ਹੋ
ਦੇਖੋ ਪੰਜਾਬ ਤੋਂ ਆਏ ਹੋਏ ਜਿਹੜੇ ਲੋਕ ਨੇ ਉਹ ਪੰਜਾਬੀ ਲਈ ਤਰਸਦੇ ਨੇ, ਪੰਜਾਬੀ ਦੇ ਸ਼ਾਇਰ ਬਹੁਤ ਨੇ ਇੱਥੇ, ਅਤੇ ਮੈਨੂੰ ਤਾਂ ਜਿੰਨੀ ਮੁਹੱਬਤ ਮੈਨੂੰ ਮਿਲੀ ਹੈ ਮੈਨੂੰ ਨਹੀਂ ਪਤਾ ਵੀ ਕਿਸੇ ਹੋਰ ਨੂੰ ਜ਼ਰੂਰ ਮਿਲੀ ਹੋਊਗੀ। ਪੰਜਾਬੀ ਪੜ੍ਹਦੀਆਂ ਕੁੜੀਆਂ, ਪੰਜਾਬੀ ਕੁੜੀਆਂ ਅਕਸੈਂਟ ਅੰਗਰੇਜ਼ੀ ਨੇ ਉਹਨਾਂ ਦੇ ਇੱਧਰਲੇ ਨੇ, ਲੇਕਿਨ ਉਹ ਉਹ ਮੈਨੂੰ ਮਿਲਣਾ ਇੰਨਾ ਕੁ ਚਾਹੁੰਦੀਆਂ ਨੇ, ਤੋ ਇਹ ਮੈਨੂੰ ਕੀ ਕਹੂੰਗੀ, ਮੁਹੱਬਤ ਹੈ। ਉਹਨਾਂ ਦੇ ਘਰਾਂ 'ਚ ਗਈ ਹਾਂ, ਮੈਨੂੰ ਬੁਲਾਉਂਦੇ ਨੇ, ਬੱਚਿਆਂ ਦੇ ਐਕਸੈਂਟ ਚਾਹੇ ਉਹ ਇੱਧਰਲੇ ਨੇ ਪਰ ਉਹ ਬਹੁਤ ਵਧੀਆ ਪੰਜਾਬੀ ਬੋਲਦੇ ਨੇ, ਤੋ ਪੰਜਾਬੀ ਦਾ ਬੋਲਬਾਲਾ ਹੈਗਾ ਜੀ। ਮਨਜੀਤ ਇੰਦਰਾ ਖੁਦ ਇੱਕ ਆਪਣੇ ਆਪ 'ਚ ਮੁਹੱਬਤ ਦਾ ਵਗਦਾ ਦਰਿਆ ਜੀ। ਅਤੇ ਇੱਥੋਂ ਦਾ ਜਿਹੜਾ ਯੂਥ ਹੈ, ਤੁਸੀਂ ਯੂਥ ਨੂੰ ਵੀ ਮਿਲੇ ਹੋ, ਯੂਥ ਕਿਵੇਂ ਲੈ ਰਿਹਾ ਪੰਜਾਬੀ? ਦੇਖੋ ਯੂਥ ਪੰਜਾਬੀ ਨੂੰ ਲੈ ਰਿਹਾ, ਜਿਹੜੇ ਜਿਹੜੇ ਆਪਣੇ ਜਜ਼ਬੇ ਐਕਸਪ੍ਰੈਸ ਕਰਨੇ ਨੇ ਉਹ ਤਾਂ ਆਪਣੀ ਭਾਸ਼ਾ ਜਿੰਨੇ ਕਰ ਸਕਦੇ ਨੇ, ਸ਼ਾਇਦ ਦੂਜੀ ਭਾਸ਼ਾ 'ਚ ਨਹੀਂ ਕਰ ਸਕਦੇ। ਯੂਥ ਜਿਹੜਾ ਹੈ ਉਹ ਪੈਸਾ ਕਮਾਉਣ ਦੇ ਵਿੱਚ ਗਲਤਾਨ ਹੈ, ਅਤੇ ਉਸ ਨੂੰ ਭਾਸ਼ਾ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਇੰਨਾ ਗੰਭੀਰ ਨਹੀਂ, ਉਹ ਗੰਭੀਰ ਨਹੀਂ ਹੈਗਾ। ਪਰ ਭਾਸ਼ਾ ਮੈਨੂੰ ਪਤਾ ਭਾਸ਼ਾ ਮਰਨ ਨਹੀਂ ਲੱਗੀ। ਹੁਣ ਤੁਸੀਂ ਹਾਂ ਹੀ ਗੱਲ ਕਹੀ ਹੈ, ਮੈਂ ਇੱਥੇ ਆ ਰਿਹਾ, ਭਾਸ਼ਾ ਮਰ ਨਹੀਂ ਲੱਗੀ। ਅੱਜ ਕੱਲ੍ਹ ਮਨਜੀਤ ਵੇਖਿਆ ਗਿਆ ਕਿ ਪੰਜਾਬੀ ਦੇ ਵਿੱਚ ਕੁਛ ਅੰਗਰੇਜ਼ੀ ਸ਼ਬਦਾਂ ਦਾ ਕੁਛ ਪੈਠ ਹੋ ਰਿਹਾ। ਮੰਨ ਲਓ ਆਪਾਂ ਇੱਥੇ ਇੰਟਰਨੈਸ਼ਨਲ ਏਅਰਪੋਰਟ ਕਹਿੰਦੇ ਹਾਂ, ਇੱਥੇ ਅੰਤਰਰਾਸ਼ਟਰੀ ਹਵਾਈ ਅੱਡਾ ਨਹੀਂ ਕਹਿੰਦਾ ਕੋਈ, ਅਜਿਹੇ ਸ਼ਬਦ ਜਿਹੜੇ ਅੰਗਰੇਜ਼ੀ ਦੇ ਵਿੱਚ ਇਹਦੇ ਖੱਪ ਰਹੇ ਨੇ, ਇਸ ਨੂੰ ਕਿਵੇਂ ਦੇਖ ਰਹੇ ਹੋ? ਕੀ ਇਸ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਹੋਏਗਾ? ਦੇਖੋ ਗੱਲ ਇਹ ਹੈ, ਪੰਜਾਬੀਆਂ ਦਾ ਦਿਲ ਬਹੁਤ ਵੱਡਾ ਅਤੇ ਪੰਜਾਬੀ ਭਾਸ਼ਾ ਦਾ ਬਹੁਤ ਵਿਸ਼ਾਲ ਗਿਰਦਾ ਚੁਗਿਰਦਾ ਹੈਗਾ ਹੈ। ਉਹਦੇ ਵਿੱਚ ਉਰਦੂ ਦੇ ਸ਼ਬਦ ਵੀ ਨੇ, ਠੀਕ ਹੈ। ਸਾਡੀ ਪੰਜਾਬੀ ਜਿਹੜੀ ਇੱਧਰਲੀ ਆ ਉਹ ਹਿੰਦੀ ਭਾਰੂ ਹੈ, ਪਾਕਿਸਤਾਨ ਦੀ ਪੰਜਾਬੀ ਉਹ ਅਤੇ ਉਰਦੂ ਭਾਰੀ ਹੈ, ਅਤੇ ਹੁਣ ਸਾਡੀ ਅਡੈਪਟੇਸ਼ਨ ਹੈ ਇਹ, ਅਤੇ ਇਹ ਹੁਣ ਰੇਡੀਓ ਕਿੱਥੋਂ ਅੰਗਰੇਜ਼ੀ ਦਾ ਸ਼ਬਦ ਹੈ, ਅਸੀਂ ਅਡੈਪਟ ਕੀਤਾ ਹੋਇਆ ਨਾ, ਕੀਤਾ ਹੈ ਨਾ। ਅਤੇ ਉਹ ਜਦੋਂ ਕਹਿੰਦੇ ਆ ਕਿ ਵੀ ਜਦੋਂ ਟੀਵੀ ਹੈ, ਅੱਛਾ ਜਦੋਂ ਅਸੀਂ ਕਹਾਂਗੇ ਵੀ ਬੜਾ ਓਨੈਸਟ ਹੈ, ਓਨੈਸਟ ਪੰਜਾਬੀ ਨੇ, ਬਿਲਕੁਲ ਅਡੈਪਟ। ਇੱਦਾਂ ਅਡੈਪਟੇਸ਼ਨਸ ਨੇ। ਸਕੂਲ ਕੀ ਕਰੋ, ਵਿਦਿਆਲਾ ਕਹਾਂਗੇ ਅਸੀਂ, ਕਾਲਜ ਕੀ ਕਹੋਗੇ, ਮਹਾਵਿਦਿਆਲਾ, ਅਡੈਪਟੇਸ਼ਨ ਹੈ, ਅਡੈਪਟੇਸ਼ਨ ਹੈ, ਇਹ ਅਡੈਪਟੇਸ਼ਨ ਹੈ। ਇਹਦੇ ਨਾਲ ਕਿਵੇਂ ਪੰਜਾਬੀ ਦਾ ਵਿਕਾਸ ਹੋ ਰਿਹਾ? ਹਾਂ ਬਿਲਕੁਲ ਬਿਲਕੁਲ, ਪੰਜਾਬੀ ਜਿਹੜੀ ਕੋਈ ਵੀ ਭਾਸ਼ਾ ਆ, ਜਿੰਨੀਆਂ ਤੁਸੀਂ ਭਾਸ਼ਾਵਾਂ ਦੇ ਵਿੱਚ ਉਹ ਸ਼ਬਦ ਆਉਣਗੇ ਉਹ ਰਿਚ ਹੋਏਗੀ ਭਾਸ਼ਾ। ਇਹ ਨਹੀਂ ਕਿ ਆਪਣੀ ਭਾਸ਼ਾ ਨਾਲ ਉੱਥੇ ਹੀ ਕਿ ਵੀ ਮੈਂ ਇਹ ਕਹਾਂ ਕਿ ਮੈਂ ਮੱਕੀ ਦੀਆਂ ਰੋਟੀਆਂ ਖਾਣੀਆਂ ਨੇ। ਜਦੋਂ ਅਸੀਂ ਕਹਾਂਗੇ ਪੰਜਾਬੀ ਕਿਚਨ ਦੇ ਵਿੱਚ ਪੀਜ਼ਾ ਆ ਸਕਦਾ ਜੇ, ਤੇ ਪੰਜਾਬੀ ਬੋਲੀ ਵਿੱਚ ਇਹ ਸਾਰੇ ਸ਼ਬਦ ਆ ਸਕਦੇ ਨੇ। ਕੁਛ ਸਾਹਿਤਕਾਰ ਚਿੰਤਤ ਨੇ ਪੰਜਾਬੀ ਦੇ, ਉਹ ਕਹਿੰਦੇ ਪੰਜਾਬੀ ਭਾਸ਼ਾ ਮਰ ਰਹੀ ਹੈ। ਨਹੀਂ, ਪੰਜਾਬੀ ਭਾਸ਼ਾ ਨਹੀਂ ਮਰ ਸਕਦੀ। ਜਿੰਨਾ ਚਿਰ ਤੱਕ ਪੰਜਾਬੀਆਂ ਦੀ ਰੂਹ ਜਿਉਂਦੀ ਹੈ, ਉਹ ਚਾਹੇ ਅੰਗਰੇਜ਼ੀ 'ਚ ਵੀ ਗੱਲ ਕਰਨਗੇ ਉਹ ਪੰਜਾਬੀ ਓ ਰਹਿਣਗੇ, ਠੀਕ ਹੈ, ਪੰਜਾਬੀ ਨਹੀਂ ਮਰਨ ਲੱਗੀ। ਮਨਜੀਤ ਇੰਦਰਾ ਆਪਣੇ ਬੇਵਾਕਪਣੇ ਲਈ ਬਹੁਤ ਮਸ਼ਹੂਰ ਹੈ, ਜਦ ਗੱਲ ਕਰਦੀ ਹੈ ਨਾ ਖੁੱਲ ਕੇ ਕਰਦੀ ਹੈ। ਹਾਂ, ਕਰਨੀ ਚਾਹੀਦੀ ਹੈ, ਕਿਉਂ ਨਹੀਂ ਕਰਨੀ ਚਾਹੀਦੀ, ਕਿ ਜਿਹੜੇ ਇਹ ਅੰਦਰ ਤੁਹਾਡੇ ਹੈਗਾ ਆ, ਤੁਸੀਂ ਮਹਿਸੂਸ ਕਰਦੇ ਹੋ, ਜੇ ਤੁਸੀਂ ਉਹਨੂੰ ਐਕਸਪ੍ਰੈਸ ਹੀ ਨਹੀਂ ਕਰਦੇ, ਹੁਣ ਮੈਂ ਫਿਰ ਲਫ਼ਜ਼ ਵਰਤ ਲਿਆ, ਐਕਸਪ੍ਰੈਸ ਨਹੀਂ ਕਰਦੇ, ਹੈ ਨਾ, ਤਾਂ ਤੁਸੀਂ ਉਹ ਕਾਹਦੇ ਲਈ ਹੈਗੇ ਹੋ? ਫਿਰ ਤਾਂ ਤੁਹਾਡੇ ਦੋਹਰੇ ਮਾਪਦੰਡ ਹੋ ਗਏ ਨਾ, ਕਿ ਤੁਸੀਂ ਕਰਦੇ ਕੁਛ ਹੋ, ਕਮਾਉਂਦੇ ਕੁਛ ਹੋ। ਮੈਂ ਇਹ ਸਮਝਦੀ ਹਾਂ ਕਿ ਮਨਜੀਤ ਇੰਦਰਾ ਜੋ ਹੈਗੀ ਹੈ ਉਹ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ, ਹਰ ਔਰਤ ਹਰ ਬੰਦਾ ਇੱਦਾਂ ਦਾ ਹੀ ਹੋਣਾ ਚਾਹੀਦਾ। ਇਸ ਵੇਲੇ ਟੀਵੀ ਤੇ ਤੁਹਾਡੇ ਬਹੁਤ ਸਾਰੇ ਲੋਕੀ ਗੱਲਬਾਤ ਸੁਣ ਰਹੇ ਨੇ, ਰੇਡੀਓ ਤੇ ਵੀ ਸੁਣ ਰਹੇ ਨੇ, ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਾਂ ਮੈਸੇਜ? ਗੱਲ ਇਹ ਹੈ ਕਿ ਮੁਹੱਬਤ ਬਹੁਤ ਜ਼ਿੰਦਗੀ 'ਚ ਮਰੀ ਹੋਈ ਹੈ, ਅਸੀਂ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਾਂ, ਅਸੀਂ ਇਨਸਾਨ ਹੋਈਏ। ਮੈਂ ਸਾਧੂ ਸਿੰਘ ਹਮਦਰਦ ਦਾ ਇੱਕ ਸ਼ੇਅਰ ਕੋਟ ਕਰਦੀ ਹਾਂ ਕਿ ਬੰਦਾ ਭਾਵੇਂ ਕੁਝ ਵੀ ਬਣਿਆ ਪਰ ਬਣਿਆ ਇਨਸਾਨ ਨਹੀਂ ਹੈ, ਅਸੀਂ ਇਨਸਾਨ ਬਣਨ ਦਾ ਯਤਨ ਕਰੀਏ। ਬਹੁਤ ਖੂਬ। ਸੋ ਮਨਜੀਤ ਇੰਦਰਾ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਨਸਾਨ ਬਣਨ ਦਾ ਯਤਨ ਕਰੀਏ। ਗੱਲਾਂ ਬਾਤਾਂ ਤਾਂ ਬਹੁਤ ਕਾਹਨੂੰ ਦਿਲ ਕਰਦਾ ਸੀ ਅਤੇ ਲੇਕਿਨ ਵਕਤ ਕਿਸ ਦਾ ਮਿੱਤਰੀ ਹੁੰਦਾ, ਇਸ ਨਾਲ ਇਹ ਸੈਗਮੈਂਟ ਇੱਥੇ ਸਮਾਪਤ ਕਰਦੇ ਹਾਂ। ਮਿਹਰਬਾਨੀ ਇੰਦਰਾ, ਸ਼ੁਕਰੀਆ।